ਗਾਇਸ ਆਪ ਦਾ ਠੀਕ ਠਾਕ ਹੋ ਕੈਸੇ ਦਿਨ ਗੁਜ਼ਰ ਰਹੇ ਨੇ ਅੱਛੇ ਗੁਜ਼ਰ ਰਹੇ ਨੇ ਬਾਈ ਤੁਹਾਡਾ ਇਸ ਟਾਈਮ ਦੇਖ ਸਕਦੇ ਹੋ ਜੀ ਬਾਬਾ ਜੀ ਦੂਸਰਾ ਦਿਨ ਟੂਰ ਦਾ ਅਤੇ ਅੱਜ ਮੈਂ ਕਿੱਥੇ ਆਇਆ ਅੱਜ ਮੈਂ ਆਇਆ ਇੰਚਨ ਵਾਲੀ ਸਾਈਡ 'ਤੇ ਸੋਂਗਦੋ ਸੋਂਗਦੋ ਜਗ੍ਹਾ ਦਾ ਨਾਮ ਹੈ ਯਾਰ ਇਸ ਏਰੀਆ ਐਸਾ ਵੀ ਏਰੀਆ ਬਿਲਕੁਲ ਬ੍ਰੈਂਡਿੰਗ ਨਿਊ ਲਾਈਕ ਨਵਾਂ ਬਣਿਆ ਵੇ ਅਤੇ ਬਹੁਤ ਥੋੜ੍ਹਾ ਐਕਸਪੈਂਸਿਵ ਹੈ ਲਾਈਕ ਇੰਚਨ ਤੋਂ ਥੋੜ੍ਹਾ ਜਿਹਾ ਅੱਟ ਕੇ ਲਾਈਕ ਇੱਕ ਪੁੱਲ ਕ੍ਰੋਸ ਕਰਕੇ ਆਉਣਾ ਪੈਂਦਾ ਅਤੇ ਇੱਥੇ ਦਾ ਏਰੀਆ ਜਿਹੜਾ ਬਹੁਤ ਹੀ ਪਿਆਰਾ ਅਤੇ ਯਾਰ ਇੱਥੇ ਮਾਲ ਵਗੈਰਾ ਹਰ ਚੀਜ਼ ਬਹੁਤ ਨਵੀਆਂ ਬਣੀਆਂ ਅਤੇ ਬਹੁਤ ਹੀ ਪਿਆਰੇ ਬਣੇ ਇਸ ਟਾਈਮ ਤੁਸੀਂ ਦੇਖ ਸਕਦੇ ਮੈਂ ਇੱਥੇ ਦਾ ਫੇਮਸ ਮਾਲ ਨਵਾਂ ਬਣਿਆ ਉੱਥੇ ਮੈਂ ਆਇਆ ਅਤੇ ਮਾਸ਼ਾਅੱਲਾ ਤੁਸੀਂ ਕਿੰਨਾ ਪਿਆਰਾ ਬਣਿਆ ਉੱਥੇ ਫੁੱਲ ਐਨ ਅੰਬਰੇਲਾ ਲਾਇਆ ਅਤੇ ਅੰਬਰੇਲਾ ਵੀ ਇੱਕ ਕਿਸਮ ਦਾ ਨਹੀਂ ਹੈ ਅੱਗੇ ਜਾਵਾਂ ਤਾਂ ਹੋਰ ਕਲਰ ਉਸ ਤੋਂ ਅੱਗੇ ਜਾਵਾਂ ਤਾਂ ਹੋਰ ਕਲਰ ਲਾਈਕ ਡਿਫਰੈਂਟ ਸਟਾਈਲ ਦੇ ਅਤੇ ਡਿਫਰੈਂਟ ਚੀਜ਼ਾਂ ਨੇ ਅਤੇ ਇੱਕ ਵਾਰੀ ਬਾਈ ਥੋੜ੍ਹਾ ਜਿਹੜਾ ਅੱਗੇ ਚੱਲਣਾ ਅਤੇ ਅੱਗੇ ਚੱਲ ਕੇ ਮੈਂ ਤੁਹਾਨੂੰ ਮਾਹੌਲ ਚੈੱਕ ਕਰਵਾਉਣਾ ਕਿ ਮਜ਼ਾ ਹੈ ਵੇ ਕਿ ਨਹੀਂ ਮਜ਼ਾ ਹੈ ਕਿਉਂਕਿ ਮੰਡੇ ਦਾ ਦਿਨ ਹੈ ਅਤੇ ਵਾਮ ਇਤਨੀ ਜ਼ਿਆਦਾ ਨਹੀਂ ਹੈ ਅਤੇ ਵੀਕਐਂਡ ਦੇ ਇੱਥੇ ਵੀ ਬਹੁਤ ਜ਼ਿਆਦਾ ਰਸ਼ ਹੁੰਦਾ ਅਤੇ ਇੱਕ ਵਾਰੀ ਜਿਹੜਾ ਅੱਗੇ ਚੱਲਣਾ ਅੱਗੇ ਚੱਲ ਕੇ ਮਾਹੌਲ ਚੈੱਕ ਕਰਨੇ ਅਤੇ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ ਕਿ ਮਜ਼ਾ ਆ ਰਿਹਾ ਕਿ ਨਹੀਂ ਅੱਛਾ ਤੁਹਾਨੂੰ ਜਿਹੜੀਆਂ ਮੈਂ ਕਿ ਤਸਵੀਰਾਂ ਦਿਖਾਈਆਂ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਯਾਰ ਇਹ ਤਸਵੀਰਾਂ ਆਏ ਨੇ ਕਿ 8ਵੇਂ ਮਹੀਨੇ 'ਚ ਨਾ ਇਹਨਾਂ ਦਾ ਓਪਨ ਹੋਣਾ ਬਿਲਕੁਲ ਸਾਰਾ ਇੱਥੇ ਸਿਸਟਮ ਲੱਗੇ ਕਿਉਂਕਿ ਨਵੇਂ ਮਾਲ ਸਾਰੇ ਚੀਜ਼ ਇੱਥੇ ਨਵੀਂ ਬਣੀ ਹੈ ਨਾ ਜਿਹਦੀ ਵਜ੍ਹਾ ਨਾਲ ਇੰਨਾ ਰਸ਼ ਵੀ ਨਹੀਂ ਹੈ ਅਤੇ ਕੋਈ ਜਿਹੜੇ ਨੇ ਤੁਸੀਂ ਮੇਰੇ ਪਿੱਛੇ ਦੇਖਦੇ ਸਟੋਰ ਟਾਈਪ ਇਹ ਲਾਈਕ ਨਵੇਂ ਬਣ ਰਹੇ ਨੇ ਲਾਈਕ ਅਜੇ ਤਿਆਰੀਆਂ ਹੋ ਰਹੀਆਂ ਨੇ ਅਤੇ 8ਵੇਂ ਮਹੀਨੇ 'ਚ ਤੁਹਾਨੂੰ ਮੇਰੀ ਤਸਵੀਰਾਂ ਦਿਖਾਈਆਂ ਨੇ 8ਵੇਂ ਮਹੀਨੇ 'ਚ ਯਾਰ ਓਪਨ ਹੋਣਾ ਵੇ 8ਵੇਂ ਮਹੀਨੇ 'ਚ ਇੱਥੇ ਐਡਾ ਪਿਆਰਾ ਹੁੰਦੇ ਨੇ ਐਂ ਜਿਹਦਾ ਮੋਲ ਬਣ ਜਾਣਾ ਵੇ ਨਾ ਅਤੇ 8ਵੇਂ ਮਹੀਨੇ 'ਚ ਕੋਈ ਬੰਦੇ ਨੂੰ ਦੁਬਾਰਾ ਆਉਣਾ ਚਾਹੀਦਾ ਕਿਉਂਕਿ 8ਵੇਂ ਮਹੀਨੇ 'ਚ ਇੱਥੇ ਬਹੁਤ ਜ਼ਿਆਦਾ ਇਵੈਂਟ ਵਗੈਰਾ ਅਤੇ ਬਹੁਤ ਹੀ ਸਿਸਟਮ ਆਉਂਦੇ ਹੁੰਦੇ ਨੇ Are you past my time? Put you on my mind. Come a little closer like that. Staying up all night, throwing drinks back. Blue eyes smiling while you're cursing. I admit it's working. You're working. Don't care, you're crazy, it's perfect. Shaky and I'm slurring, 'cause I'm nervous. It's you. It's you. ਉਸ ਤੋਂ ਬਾਅਦ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਟ੍ਰੈਡੀਸ਼ਨਲ ਕਿਸਮ ਦਾ ਰੈਸਟੋਰੈਂਟ ਬਣਾਇਆ ਨੇ ਅਤੇ ਇਹ ਵੀ ਜਿਹੜਾ ਓਪਨ ਨਹੀਂ ਹੋਇਆ ਇਹਦੀ ਵੀ ਤਿਆਰੀ ਸ਼ਾਰੀ ਹੋ ਰਹੀ ਹੈ ਮਤਲਬ ਫੁੱਲ ਸ਼ੁੱਲ ਪਏ ਨੇ ਅਤੇ ਇਹ ਹੈ ਨਾ ਓਪਨਿੰਗ ਆਉਣ ਵਾਲੀ ਹੈ ਇਹਦੀ ਵੀ ਅਤੇ ਜਿੱਥੇ ਵੀ ਤੁਸੀਂ ਦੇਖ ਸਕਦੇ ਹੋ ਸਭ ਦੇ ਅੱਗੇ ਫੁੱਲ ਪਏ ਨੇ ਤਾਂ ਮਤਲਬ ਇਹ ਸਭ ਇੱਥੇ ਨਿਊ ਓਪਨ ਹੋ ਰਹੇ ਨੇ ਅਤੇ ਕੰਮ ਮਾਹੌਲ ਕਾਫੀ ਅੱਛਾ ਲੱਗ ਰਿਹਾ ਅਤੇ 8ਵੇਂ ਮਹੀਨੇ 'ਚ ਫਿਰ ਦੁਬਾਰਾ ਚੱਕਰ ਲਾਵਾਂਗੇ ਅਤੇ ਇਹ ਵੀਡੀਓ ਜਿਹੜਾ ਇੱਥੇ ਖਤਮ ਕਰਨੀ ਹੈ ਕਿਉਂਕਿ ਵੀਡੀਓ ਥੋੜ੍ਹੀ ਜਿਹੀ ਬਣਾਉਣੀ ਸੀ ਤੁਹਾਨੂੰ ਥੋੜ੍ਹੀ ਹੋਰ ਸੀਨ ਦਿਖਾਉਣਾ ਉਹ ਵੇਖ ਕੇ ਤੁਸੀਂ ਇੰਜੋਏ ਕਰੋ ਅਤੇ ਬਾਈ ਤੁਹਾਡਾ ਚੱਲਿਆ ਹੁਣ ਘਰ ਵਾਪਸ ਕਿਉਂਕਿ 2 ਦਿਨ ਦਾ ਟੂਰ ਸੀ ਅਤੇ ਬਹੁਤ ਜ਼ਿਆਦਾ ਥਕਾਵਟ ਹੋ ਗਈ ਚੱਲ ਕੇ ਰੈਸਟ ਕਰੀਏ ਅਤੇ ਤੁਹਾਨੂੰ ਮਿਲਾਂ ਦੀ ਹੁਣ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਿਓ ਅੱਲਾ ਹਾਫਿਜ਼ ਬਾਏ ਬਾਏ ਸੀ ਯੂ ਅਗੇਨ Losing my mind.